ਨਵੀਂ ਸਰਕਾਰ ਬਣਨ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਲਗਾਤਾਰ ਚੈਕਿੰਗ ਕਰਕੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ, ਉੱਥੇ ਹੀ ਅਫਸਰ ਵੀ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਨੇ। ਉਹਨਾਂ ਦੇ ਵੱਲੋਂ ਵੀ ਸੰਬੰਧਿਤ ਮਹਿਕਮਿਆਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਤਹਿਤ ਐਡੀਸ਼ਨਲ ਅਸਿਸਟੈਂਟ ਸਿਵਲ ਸਰਜਨ ਵੱਲੋਂ ਸਿਵਲ ਹਸਪਤਾਲ ਅਜਨਾਲਾ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਵੱਲੋਂ ਹਸਪਤਾਲ ਦੇ ਰਜਿਸਟਰਾਂ ਦੇ ਨਾਲ ਨਾਲ ਵਾਰਡਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਦੌਰਾਨ ਕਈ ਅਧਿਕਾਰੀ ਗੈਰ ਹਾਜ਼ਰ ਪਾਏ ਜਾ ਰਹੇ ਨੇ, ਜਿਹੜੇ ਮੌਕੇ ਤੇ ਮੌਜੂਦ ਨੇ ਉਹਨਾਂ ਨੂੰ ਭਾਜੜਾਂ ਪਈਆਂ ਰਹੀਆਂ ਨੇ। ਦੇਰ ਨਾਲ ਆਉਣ ਵਾਲੇ ਅਧਿਕਾਰੀਆਂ ਤੇ ਮੌਕੇ ਤੇ ਹੀ ਐਕਸ਼ਨ ਲੈ ਕੇ ਉਹਨਾਂ ਨੂੰ ਗੈਰ ਹਾਜ਼ਰ ਲਗਾ ਦਿੱਤਾ ਗਿਆ ਹੈ। ਐਡੀਸ਼ਨਲ ਸਿਵਲ ਸਰਜਨ ਦਾ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ, ਤੁਸੀਂ ਵੀ ਸੁਣੋ। ਸਿਵਲ ਸਰਜਨ ਅੰਮ੍ਰਿਤਸਰ ਅਤੇ ਮਾਣਯੋਗ ਸਾਡੇ ਸਿਵਲ ਸਰਜਨ ਸਾਹਿਬ ਨੇ ਮਤਲਬ ਕਿ ਟੀਮ ਕੰਸਟੀਟਿਊਟ ਕੀਤੀ ਹੈ। ਇਹੋ ਹੀ ਅਸੀਂ ਆਪਣੇ ਜਿਹੜੇ ਇੰਸਟੀਚਿਊਟ ਸਾਹਿਬ ਉਹਨਾਂ ਨੂੰ ਵਿਜਿਟ ਕਰ ਰਹੇ ਹਾਂ, ਦੇਖਣਾ ਚਾਹੁੰਦੇ ਹਾਂ ਕਿ ਸਾਡਾ ਸਟਾਫ ਟਾਈਮ ਸਿਰ ਆ ਰਿਹਾ ਅਤੇ ਇੱਥੇ ਜਿਹੜੀਆਂ ਸਹੂਲਤਾਂ ਪ੍ਰੋਪਰ ਮਰੀਜ਼ਾਂ ਨੂੰ ਮਿਲਣੀਆਂ ਚਾਹੀਦੀਆਂ ਉਹ ਅਸੀਂ ਚੈੱਕ ਕਰਨ ਆਏ ਹਾਂ। ਐਮਰਜੈਂਸੀ ਕਿਸ ਤਰ੍ਹਾਂ ਚੱਲਦੀ ਹੈ ਚੈੱਕ ਕਰਨ ਆਏ ਹਾਂ, ਮੈਡੀਸਨ ਦੀ ਅਵੇਲੇਬਿਲਟੀ ਸਾਰਾ ਚੈੱਕ ਕਰਨ ਆਏ ਹਾਂ, ਜੋ ਸਾਨੂੰ ਦੱਸਣ ਦੇ ਵਿੱਚ। ਸਰ ਕੋਈ ਹਸਪਤਾਲ ਦੇ ਵਿੱਚ ਦੇਖੋ ਜੀ, ਫਿਲਹਾਲ ਤਾਂ ਅਸੀਂ ਰਾਊਂਡ ਸ਼ੁਰੂ ਕੀਤਾ, ਆ ਬੰਦੇ ਵਿੱਚ ਹਾਲੇ ਤੱਕ ਨਹੀਂ ਆਏ ਕਈ ਡਿਊਟੀ ਦੇ ਉੱਤੇ, ਉਹਨਾਂ ਦੀ ਅਸੀਂ ਐਕਸ਼ਨ ਲਾ ਕੇ ਆਓ ਜੀ। ਉਹਨਾਂ ਕੋਲ ਸਪਸ਼ਟੀਫਿਕੇਸ਼ਨ ਮੰਗਿਆ ਜਾਏਗਾ ਪਹਿਲਾਂ ਉਹਨਾਂ ਕੋਲੋਂ ਕੀ ਕਾਰਨ ਹੈ ਕੰਡੀਟ ਕਿਉਂ ਨਹੀਂ ਆਏ, ਫਿਰ ਜੋ ਵੀ ਹੈਗਾ ਤਾਂ ਵਾਪਸ ਕਾਰਵਾਈ ਕਰਕੇ ਉੱਤੇ ਉਹਨਾਂ ਨੂੰ ਭੇਜ ਦਿੱਤੀ ਜਾਵੇ ਸਰਕਾਰ ਨੂੰ। ਸਰ ਤੁਹਾਡਾ ਚੈੱਕ ਕਰ ਰਹੀ ਉਹ 'ਚ ਵੀ ਕਮੀ ਪਾਏਗੀ? ਨਹੀਂ, ਪਿਛਲਾ ਰਿਕਾਰਡ ਸੀ ਕਿਉਂਕਿ ਉਹ ਤਾਂ ਅਸੀਂ ਵੇਖਦੇ ਸੀਗੇ ਹਾਜ਼ਰੀ ਕਿੰਨਾ ਠੀਕ ਹੈ, ਬਾਕੀ ਤਾਂ ਠੀਕ ਹੈ।